ਮੇਰੇ ਦਾਦਾ ਜੀ ਨੇ ਮੈਨੂੰ ਕਹਿਆ ਹਤਾ ਕਿ ਤੂੰ ਪੁੱਦਰ ਮੱਥਾ ਲਾ ਕੇ ਬਹਿ ਗਿਆ ਹੋਇ। ਵੀ ਲੋਕਾਂ ਨੇ ਇੱਥੇ ਗੰਦ ਪਾ ਜਾਣਾ। ਮੈਂ ਤੂੰ ਹੀ ਮੈਂਬਰ ਪੰਚਾਇਤ ਹੋ। ਤੂੰ ਹੀ ਮੈਂਗਾ ਲੋਕਾਂ ਦੇ ਘਰਾਂ 'ਚ ਛੋਟਾ ਜਾਂ ਨਿਆਣਾ ਹੈ। ਉਹਨੇ ਵੇਖ ਲਿਆ ਸਰਪੰਚ ਦੇਖ ਰਿਹਾ ਹੈ ਦੂਰੋਂ ਸਾਨੂੰ। ਉਹਦੇ ਕੋਲ ਗਿਆ ਜਾ ਕੇ ਨਾ ਪੱਟ ਤੇ ਥਾਪੀ ਮਾਰ ਕੇ ਕਹਿੰਦਾ ਤੇ ਇਹਦਾ تیر ਕੋ ਤੋ ਆ ਨਹੀਂ। ਆ ਵੇਹ ਕਹਿੰਦਾ। ਕਹਿੰਦਾ ਕਿਦਾਂ ਪਾਗੇ ਉੱਟੀ। ਸਤਿਗੁਰ ਜੀ ਮੇਰਾ ਨਾਮ ਹੈ ਜਗਪਰਮਪ੍ਰੀਤ ਉਰਫ ਮੈਨੂੰ ਪੰਪਾ ਜੀ ਦੇ ਨਾਮ ਨਾਲ ਜਾਣਦੇ ਨੇ ਸਾਰੇ ਮਤਲਬ ਮੇਰੇ ਪਿੰਡ ਆ ਕਲਾਨੋ ਡਿਸਟ੍ਰਿਕਟ ਗੁਰਦਾਸਪੁਰ ਤੇ ਜਿੰਨੇ ਵੀ ਨਿੱਕੇ ਨਿੱਕੇ ਬੱਚੇ ਨੇ ਮੇਰੇ ਪਿੰਡ ਦੇ ਆਸ-ਪਾਸ ਘਰ ਦੇ ਲੱਗ ਜਾ ਕੇ ਉਹ ਸਾਰੇ ਮੈਨੂੰ ਪੰਪਾ ਜੀ ਕਹਿੰਦੇ ਨੇ ਮੈਂ ਤੁਹਾਨੂੰ ਦੱਸਾਂਗਾ ਪੰਪਾ ਜੀ ਕਿਉਂ ਕਹਿੰਦੇ ਨੇ ਉਹਦੇ ਪਿੱਛੇ ਸਟੋਰੀ ਕੀ ਹੈ ਵੀ ਕੀ ਕਰਕੇ ਦਿੱਤਾ ਪੰਪਾ ਜੀ ਨੇ ਵੀ ਜਿਹੜਾ ਸਾਰੇ ਪਾਸੇ ਪੰਪਾ ਜੀ ਹੋ ਗਿਆ ਪੰਪਾ ਜੀ ਨੇ ਇੱਕ ਬਣਾਇਆ ਆ ਪਾਰਕ ਪਾਰਕ ਉੱਥੇ ਬਣਾਇਆ ਜਿੱਥੇ ਰੂੜੀਆਂ ਲੱਗਦੀਆਂ ਸੀ ਸਾਰੇ ਪਾਸੇ ਹਨ ਗੰਦ ਪਿਆ ਸੀ ਭੰਗ ਉਗਦੀ ਪਈ ਹੀ ਭੰਗੀ ਉਥੇ ਭੰਗ ਮਲਦੇ ਪਏ ਹੀ ਨਸ਼ੇੜੀ ਉਥੇ ਨਸ਼ਾ ਕਰਦੇ ਪਏ ਹੀ ਘਰ ਦੇ ਸਾਹਮਣੇ ਹੀ ਇੱਕ ਸਾਡੇ ਖਾਲੀ ਜਗ੍ਹਾ ਜਿੱਥੇ ਇੱਕ ਟੈਂਕੀ ਤਿਆਰ ਹੋ ਗਈ ਟੈਂਕੀ ਤਿਆਰ ਹੋ ਗਈ ਪਰ ਉਹਦੀ ਕੇਅਰ ਨਹੀਂ ਹੋਈ ਉਥੇ ਭੰਗ ਉਗਦੀ ਪਈ ਉਹ ਪਹਿਲਾਂ ਰੂੜੀਆਂ ਵਾਲਾ ਥਾਂ ਸੀ ਲੋਕਾਂ ਨੇ ਆਪਣੀਆਂ ਰੂੜੀਆਂ ਜਾਰੀ ਰੱਖੀਆਂ ਢੇਰ ਲਾਉਣੇ ਸਟਾਰਟ ਰੱਖੇ ਉਥੇ ਭੰਗ ਹੋ ਗਈ ਬੱਚਿਆਂ ਨੂੰ ਥੋੜੀ ਬਹੁਤੀ ਜਗ੍ਹਾ ਚਾਹੀਦੀ ਨਹੀਂ ਸਾਨੂੰ ਤੇ ਭਾਵੇਂ ਚਾਹੀਦੀ ਹੁੰਦੀ ਥੋੜੀ ਜਿਹੀ ਬਹੁਤੀ ਜਗ੍ਹਾ ਵੀ ਚਾਹੀਦੀ ਨੇ ਜਿੱਥੇ ਆਪਾਂ ਬੈਟ ਬੱਲਾ ਖੇਡ ਸਕੀਏ ਬੈਟ ਬੱਲਾ ਆਪਾਂ ਖੇਡਣ ਦੇ ਆ ਕਿ 2013 ਦੀ ਗੱਲ ਆ ਤੇ ਮੇਰੇ ਪੈਰ ਦੇ ਵਿੱਚ ਨਾ ਸੂਈ ਵੱਜੀ ਮਤਲਬ ਮੇਰੀ ਚੱਪਲ 'ਚ ਸੂਈ ਖੁੱਭੀ ਉਹ ਸੂਈ ਖੁੱਭੀ ਮੈਂ ਕਿਹਾ ਯਾਰ ਇਹ ਗਾਹ ਵੀ ਜਾ ਸਕਦੀ ਮੇਰੇ ਵੱਸ ਸਕਦੀ ਹੈ ਤੇ ਇਹ ਕੇ ਹੋਰ ਦੇ ਵੱਸ ਸਕਦੀ ਹੈ ਸੂਈ ਵੱਜੂਗੀ ਇਹ ਬਿਮਾਰ ਵੀ ਹੋ ਸਕਦੇ ਨੇ ਇਨਫੈਕਟ ਹੋ ਸਕਦੇ ਨੇ ਵੀ ਇਹ ਤੇ ਮੁਸ਼ਕਲ ਆ ਗਈ ਵੀ ਮੈਂ ਸਾਰੇ ਨੂੰ ਆਪਾਂ ਮਤਲਬ ਮੁੰਡੇ ਇਕੱਠੇ ਹੋਏ ਲਓ ਸਾਡਾ ਛੋਟਾ ਜਿਹਾ ਕਲੱਬ ਵੀ ਸਾਡਾ ਸਟੈਪ ਫਾਰਵਰਡ ਯੂਥ ਕਲੱਬ ਉਦੇ ਵਿੱਚ ਥੋੜਾ ਬੋਦਾ ਕੰਮ ਕਰ ਲੀਦਾ ਏ ਉਹ ਗਏ ਆਪਾਂ ਸਰਪੰਚ ਨੂੰ ਕਿ ਵੀ ਸਰਪੰਚ ਸਾਹਿਬ ਆ ਵਖੋ ਸੂਈਆਂ ਵਜਦੀਆਂ ਪਈਆਂ ਨੇ ਵੀ ਉੱਥੇ ਬਹੁਤ ਜ਼ਿਆਦਾ ਕੰਮ ਖਰਾਬ ਹੈ ਵੀ ਸਰਪੰਚ ਕਹਿੰਦਾ ਵੀ ਉਹਨੇ ਹਨ ਲਾਰਾ ਜਾ ਲਾ ਕੇ ਜਿੱਦਾਂ ਲਾਉਂਦੇ ਹੀ ਨੇ ਉਦਾਂ ਜਾ ਲਾਰਾ ਲਾ ਗਿਆ ਨੂੰ ਤੋੜਤਾ ਵੀ ਕਰਾਉਣਾ ਕਰਾਉਣਾ ਮੈਂ ਕਰਾਉਣਾ ਮੈਂ ਉਹਨੇ ਆਣਾ ਕਰਨੇ ਜੀ ਕਰਕੇ ਹਨ ਤੋੜਤਾ ਤੋਗੀ ਵੀ ਨਹੀਂ ਇਹ ਨਹੀਂ ਕਰਨਾ ਮਤਲਬ ਮੇਰੇ ਕੋ ਪੈਸੇ ਨਹੀਂ ਹੈਗੇ ਜਾਂ ਪਤਾ ਨਹੀਂ ਕਿਉਂ ਨਹੀਂ ਉਹ ਕੰਮ ਕਰਨਾ ਨਹੀਂ ਚਾਹੁੰਦਾ ਆਪਾਂ ਆ ਗਏ ਆ ਇਦਾਂ 6 ਮਹੀਨੇ ਸਾਡੇ ਨੰਗੇ ਤੇ ਇੱਕ ਦਿਨ ਬਾਰਿਸ਼ ਪਈ ਸੀ ਤੇ ਮੇਰੇ ਕੋ ਬੱਚੇ ਆਏ ਸਾਰੇ ਕਹਿੰਦੇ ਵੀ ਭਾਜੀ ਉਹ ਭੰਗ ਜਿਹੜੀ ਹੈਗੀ ਨਾ ਉਥੇ ਆਪਾਂ ਪੁੱਟਣੀ ਆ ਸਫਾਈ ਕਰਨੀ ਮੈਂ ਕਿਹਾ ਚਲੋ ਠੀਕ ਆ ਕਰ ਲੈਨੇ ਆ ਉਹ ਲੱਗ ਪਏ ਜੀ ਸਟਾਰਟ ਹੋ ਗਏ ਬੰਦੇ ਮੇਰੇ ਨਾਲ ਲੱਗੇ ਉਹਨਾਂ ਨੇ ਭੰਗ ਦੇ ਦੋਂ ਪੁੱਟੀ ਨਾ ਮਤਲਬ ਹਵਾ ਚ ਉਡਦੀਏ ਵੇਖਿਆ ਮੈਂ ਵੀ ਮਤਲਬ ਇੱਕ ਇੱਕ ਬੂਟੇ ਨੂੰ ਤਿੰਨ ਤਿੰਨ ਜਾਣੇ ਲੱਗੇ ਨੇ ਤੇ ਪੁੱਟ ਰਹੇ ਨੇ ਪੁੱਟਣ ਤੋਂ ਬਾਅਦ ਨਾ ਇੱਕ ਛੋਟਾ ਜਿਹਾ ਨਿਆਣਾ ਸੀ ਉਹਨੇ ਵੇਖ ਲਿਆ ਸਰਪੰਚ ਦੇਖ ਰਿਹਾ ਹੈ ਦੂਰੋਂ ਸਾਨੂੰ ਉਹਦੇ ਕੋਲ ਗਿਆ ਜਾਗਣਾ ਪੱਟ ਤੇ ਥਾਪੀ ਮਾਰ ਕੇ ਕਹਿੰਦਾ ਕਹਿੰਦਾ ਤੇਰ ਕੋ ਤੇ ਹੋ ਐ ਨਹੀਂ ਆ ਵੇਹ ਕਹਿੰਦਾ ਕਹਿੰਦਾ ਕਿਦਾਂ ਪਾਂਗ ਉੱਟੀ ਇੰਨੀ ਗੱਲ ਕਰਕੇ ਉਹ ਤੇ ਆ ਗਿਆ ਵੀ ਉਹਦਾ ਤਾਂ ਜੂਨਾ ਮੁਸ਼ਕਲ ਹੋ ਗਿਆ ਇੱਥੇ ਸਰਪੰਚ ਆ ਗਿਆ ਸਾਡੇ ਘਰੇ ਉਮਰੇ ਦਾਦੇ ਦਾ ਯਾਰ ਕਹਿੰਦਾ ਜੀ ਇਹ ਬੱਚਿਆਂ ਨੂੰ ਗਲਤ ਪਾਠ ਪੜ੍ਹਾਉਂਦਾ ਜੀ ਉਹ ਤੇ ਮੈਨੂੰ ਇਦਾਂ ਬੋਲ ਕੇ ਗਏ ਨੇ ਮੈਨੂੰ ਕਹਿੰਦੇ ਵੀ ਮੈਂ ਕਹਾਂ ਜੀ ਵੇਖੋ ਸਰਪੰਚ ਸਾਹਿਬ ਤੁਹਾਡੇ ਕੋ ਗਏ ਹਾਂ ਵੀ ਉੱਥੇ ਤੁਸੀਂ ਸਾਨੂੰ ਮਿੱਟੀ ਪਾ ਦਿਓ ਜਾਂ ਨੂੰ ਕੋਈ ਉਹਦੀ ਵਾਰਡ ਕਰ ਦਿਓ ਵੀ ਉੱਥੇ ਨਸ਼ੇੜੀ ਆ ਰਹੇ ਨੇ ਨਸ਼ੇ ਕਰਦੇ ਪਏ ਨੇ ਤੇ ਉਹਦਾ ਕੋਈ ਹੱਲ ਕੱਢੋ ਸਾਡਾ ਤੇ ਵੀ ਉਹ ਉਧੋਂ ਤੇ ਚਲਾ ਗਿਆ ਬਾਅਦ ਜੋ ਪਤਾ ਨਹੀਂ ਕੀ ਗੱਲ ਆਈ ਉਹਦੇ ਉਹਨੇ ਗੱਲ ਤੇ ਮਿੱਟੀ ਪਾਉਣ ਦੇ ਮਾਰੇ ਨਾ ਥੋੜੀਆਂ ਟਰਾਲੀਆਂ ਮਿੱਟੀ ਦੀਆਂ ਕਹਿੰਦਾ ਮੈਂ ਭੇਜਦਾ ਚਲੋ ਉਹਨੇ ਮਿੱਟੀ ਇੱਥੇ ਸਟਾਰਟ ਤੋਂ ਦਿੱਤੀ ਥੋੜੀ ਬਹੁਤੀ ਵੀ ਆ ਲੋ ਫੜੋ ਬੀਜੇ ਨੂੰ ਕਹਿੰਦੇ ਗੋਂਗ ਲਾਉਂ ਤੂੰ ਮਿੱਟੀ ਝਾੜ ਨਹੀਂ ਉਹ ਕੰਮ ਕਰਦਾ ਫੇਰ ਉੱਥੇ ਭੰਗ ਫੇਰ ਉਹ ਗਾਈਏ ਆਪਾਂ ਨਹੀਂ ਮਤਲਬ ਕੰਮ ਕਰਦੇ ਪਏ ਮੈਂ ਵੇਖਿਆ ਵੀ ਨਹੀਂ ਇਹ ਕੰਮ ਔਖਾ ਹੁੰਦਾ ਇਥੇ ਮੈਂ 2014 ਚ ਮੈਨੂੰ ਥੋੜਾ ਬੋੜਾ ਮੈਂ ਪੈਸੇ ਕਮਾਉਣ ਲੱਗ ਪਿਆ ਮੈਂ ਯਾਰ ਹੁਣ ਸਰਪੰਚ ਨੂੰ ਨਹੀਂ ਕਹਿਣਾ ਜੋ ਮਰਜ਼ੀ ਹੋ ਜੇ ਇਹਨੂੰ ਨਹੀਂ ਕਹਿਣਾ ਕਿ ਜਿੰਨੇ ਪੈਸੇ ਕਮਾਉਣਾ ਹਾਂ ਮੰਨ ਲਓ ਮੈਂ ਮਹੀਨੇ ਦਾ 30000 ਕਮਾ ਰਿਆਂ ਤੇ 3000 ਰੁਪਏ ਮੈਂ ਕਹਾਂ ਵੀ ਇਹ ਵੱਖਰਾ ਰੱਖਦੇ ਆ ਵੀ ਇਹ ਆਪਣੇ ਕੋਲ ਪੈਸੇ ਬਥੇਰੇ ਨੇ ਵੀ ਹਰੇਕ ਮਹੀਨੇ ਥੋੜੇ ਥੋੜੇ ਪੈਸੇ ਲਾਉਨੇ ਆ ਮੰਨ ਲਓ ਇਸ ਮਹੀਨੇ 2000 ਲਾ ਦਨੇ ਆ ਕਿਸੇ ਕੰਮ ਤੇ 3000 ਲਾ ਦਨੇ ਆ ਜਾਂ 4 ਮਹੀਨੇ ਰੁਕ ਜਾਨੇ ਕੰਮ ਨਹੀਂ ਕਰਦੇ ਹੋਲੀ ਰੋਦਾਂ ਬਾਈ ਹੈਂਡ ਕੰਮ ਕਰਨ ਨੇ ਵੀ ਆਹ ਕੰਮ ਕਰਦੇ ਆ ਤੇ ਪੈਸੇ ਸੇਵ ਕਰਦੇ ਆ ਫਿਰ ਕੀ ਕੀਤਾ ਵੀ ਜਿਹੜੀ ਨਾ ਆਲੇ ਦੁਆਲੇ ਉਹਨੂੰ ਪਹਿਲਾਂ ਬੰਦ ਕਰਨਾ ਹੈ ਵੀ ਕੋਈ ਐਂਟਰੀ ਨਾ ਹੋਵੇ ਬਾਹਰੋਂ ਕਿ ਕੂੜਾ ਸੁੱਟਣ ਵਾਲੇ ਨਾ ਅੰਦਰ ਆਉਣ ਹਨਾ ਲੂਆਲੇ ਆ ਪ੍ਰਾਣਾ ਸਰੀਏ ਸਾਈਕਲਾਂ ਦੇ ਚੱਕੇ ਹੋਲ ਆਏ ਉਹ ਅਜ ਵੀ ਲੱਗੇ ਨੇ ਤੀਂ ਦੇਖ ਸਕਦੇ ਹੋ ਹੋਲ ਆਏ ਉਹਨਾਂ ਨੂੰ ਪੇਂਟ ਸੈਂਡ ਕੀਤਾ ਅੰਦਰ ਘਾਲ ਆਇਆ ਘਾਲ ਆਉਣ ਵਾਸਤੇ ਹੁਣ ਆਪਾਂ ਇੱਕ ਬੰਦਾ ਬੁਲਾਇਆ ਵਾਰੋਂ ਉਹ ਕਹਿੰਦਾ ਜੀ 15000 ਮੈਂ ਘਾਹ ਹੀ ਲਾਉਣਾ 15000 ਦਾ ਆਪਾਂ ਘਾਹ ਪੇ ਪੁੱਟ ਕੇ ਲਿਆਂਦਾ ਆਪ ਹੈਗੇ ਹਾਂ ਕੋਈ 20 25 ਜਾਣੇ ਵੀ ਜਾ ਗਏ ਘਾਹ ਲਿਆਂਦਾ ਪੁੱਟ ਕੇ ਤੇ ਸਾਨੂੰ ਲੱਗਦਾ ਵੀ ਆਪਾਂ 5 ਕਿ ਮਿੰਟ ਹੀ ਕੰਮ ਕੀਤਾ ਹੋਣਾ ਵੀ ਉਹ ਚਾਪ ਘਾਹ ਲਾਤਾ ਫਿਰ ਉਥੇ ਪਾਣੀ ਵਾਸਤੇ ਆਪਾਂ ਉਹ ਲਾਈਆਂ ਪਾਈਪਾਂ ਲਾਈਆਂ ਇਦਾਂ ਕਰਦੇ ਕਰਦੇ ਫਿਰ ਆਪਾਂ ਨੂੰ ਕਹਿੰਦੇ ਵੀ ਹੁਣ ਨਾ ਟਾਈਮ ਬੀਤੀ ਜਾ ਰਿਆ ਨਾਲ ਨਾਲ ਸਾਡਾ ਵੀ ਸਾਲੋਂ ਸਾਲ ਜਾਈ ਜਾ ਰਹੇ ਨੇ ਸਾਡੇ ਵੀ ਹੁਣ ਉੱਥੇ ਲੋਕੀ ਆਉਣੇ ਸਟਾਰਟ ਹੋ ਗਏ ਨੇ ਪਰ ਨਸ਼ੇ ਵਾਲੇ ਜੇ ਵੀ ਆ ਰਹੇ ਨੇ ਉਹ ਨਹੀਂ ਹਟ ਰਹੇ ਫਿਰ ਆਪਾਂ ਕਿਤੇ ਵੀ ਇਹਨਾਂ ਨੂੰ ਹਟਾਉਣਾ ਕਿਸ ਤਰੀਕੇ ਨਾਲ ਫਿਰ ਆਪਾਂ ਉਥੇ ਕੈਮਰੇ ਲਾਏ ਕੈਮਰੇ ਲਈ ਪੈਸੇ ਇਕੱਠੇ ਕੀਤੇ ਇਦਾਂ ਕੈਮਰੀ ਲਈ ਕੈਮਰੀ ਲਾਉਣ ਨਾਲ ਨਾ ਫਿਰ ਉਹ ਆਉਣੇ ਬੰਦ ਹੋ ਗਏ ਇੱਕ ਬੱਚਿਆਂ ਦੇ ਸਾਈਕਲ ਚੁੱਕੇ ਜਾਣੇ ਸਟਾਰਟ ਹੋਏ ਸੀ ਉਹ ਵੀ ਬੰਦ ਹੋ ਗਏ ਫਿਰ ਆਪਾਂ ਨੂੰ ਕਿਹਾ ਵੀ ਚਲੋ ਹੁਣ ਇੱਥੇ ਨਾ ਥੋੜੀ ਬੈਠਣ ਵਾਸਤੇ ਸਪੇਸ ਵੀ ਬਣਾਉਣੀ ਆ ਕੁਰਸੀਆਂ ਲੈ ਆਈਏ ਮੁਹਾਲੀ ਸ਼ਾਪ ਚੋਂ ਲਿਆਈਆਂ ਇਹ ਵੱਡੇ ਵੱਡੇ ਸੀਮੈਂਟ ਵਾਲੀਆਂ ਕੁਰਸੀਆਂ ਇਹ ਉਹ ਪਤਾ ਕਰਨ ਕੇ ਇਹਦੇ 3500 ਰੁਪਏ ਦੀ ਕੋਈ 4500 ਤੱਕ ਰੇਟ ਸੀ ਪੈਸੇ ਹੀ ਮੇਰੇ ਕੋਲ 9000 ਰੁਪਏ ਮੈਂ ਆਂਗੀ ਕੀਤਾ ਵੀ ਨਹੀਂ ਮੈਂ ਕਿ ਇਹ ਨਹੀਂ ਇਦਾਂ ਨਹੀਂ ਚੱਲਣਾ ਇਦਾਂ ਦੇ ਮੈਂ ਕਿ ਨੀ ਹੈ ਦੋ ਕੁਰਸੀਆਂ ਆਉਣਗੀਆਂ ਪ੍ਰਾਣੀਆਂ ਕੁਰਸੀਆਂ ਲਿਆਂਦੀਆਂ ਜਿਹੜੀਆਂ ਵਿਆਹਾਂ وچ ਨਹੀਂ ਟੰਟੁੰਟ ਹੁੰਦੇ ਉਹ ਲਿਆਂਦੇ ਉਹ ਲਿਆ ਕੇ ਚ ਲੱਕੜ ਲਾਈ ਪੇਂਟ ਕੀਤਾ ਆਪੇ ਲੱਗੇ ਰਹੇ ਨਿਆਣੇ ਨੂੰ ਨੇ ਸਾਰੇ ਨਾਲ ਲਾ ਕੇ ਕਰਕੇ 7000 ਚ ਆਪਾ 35 ਕੁਰਸੀਆਂ ਲਾਤੀਆਂ ਉੱਥੇ ਜਿਹੜੀਆਂ 9000 ਚ ਦੋ ਆਉਣੇ ਹੀ ਬੈਂਚ ਸਿਰਫ 6 ਜਾਣੇ ਬੈਣੇ ਹੀ ਹੁਣ ਸਾਡੇ ਕੋ 35 ਕੁਰਸੀਆਂ ਹੋ ਗਈਆਂ ਮਤਲਬ 35 ਜਣ ਦੀ ਸਾਡੇ ਕੋ ਸਿਟਿੰਗ ਹੋ ਗਈ ਉੱਥੇ ਫਿਰ ਕੀ ਜਿਹਾ ਅਭੀ ਇੰਨੀ ਹੁਣ ਪਾਰਕ ਤਿਆਰ ਹੋ ਗਈ ਹੈ ਹੁਣ ਉੱਥੇ ਕਿਉਂ ਲੱਗਾ ਜੀ ਹੁਣ ਮੈਨੂੰ ਕਹਿਣ ਲੱਗ ਪਏ ਉਸ ਬੰਦੇ ਵੀ ਇੱਥੇ ਨਾ ਕਮੇਟੀ ਬਣਾ ਦੋ ਜਿਹੜੀ ਕਮੇਟੀ ਇਹਦਾ ਨਾ ਰੱਖ ਰਖਾ ਕਰੂਗੀ ਤੇ ਕਮੇਟੀ ਵਾਲੇ ਮੈਂ ਬੰਦੇ ਮੈਂ ਕਿਹਾ ਚਲੋ ਵੇਖ ਲੈਨੇ ਆ ਕਮੇਟੀ ਵਾਲੇ ਕਹਿੰਦੇ ਜੀ ਮੁੰਡਿਆਂ ਦਾ ਟਾਈਮ ਨਾ ਐਨੇ ਤੋਂ ਐਨੇ ਕਰ ਦੋ ਕੁੜੀਆਂ ਦਾ ਟਾਈਮ ਐਨੇ ਤੋਂ ਐਨੇ ਕਰ ਦੋ ਉਹ ਜਿਹੜੇ ਵਿਚਾਰੇ ਲੱਗੇ ਰਹੇ ਨੇ ਮੇਰੇ ਨਾਲ ਮਿੱਟੀ ਪਾਉਂਦੇ ਰਹੇ ਨੇ ਸਾਰੇ ਉਹਨਾਂ ਨੇ ਘਾਲ ਆਇਆ ਉਹਨਾਂ ਨੂੰ ਹੁਣ ਕਹਿੰਦੇ ਵੀ ਤੁਸੀਂ ਹੋਂ ਨਹੀਂ ਹੋਣਾ ਇਸ ਟਾਈਮ ਤੇ ਕਹਿ ਕਿਹੜੇ ਰਹੇ ਨੇ ਬੰਦੇ ਜਿਹੜੇ ਆਈ ਨਹੀਂ ਇਹ ਤਾਂ ਨਾਂਕ ਲਾਗੇ ਖਲੋ ਕੇ ਇਦਾਂ ਕਹਿੰਦੇ ਐਦਾਂ ਕਰੋ ਹਮਾਰਾ ਜੀ ਤੇ ਮੈਂ ਉਹ ਤੋਂ ਕਹਿ ਦਿੰਦਾ ਰਿਆ ਦਾਤਰੀ ਫਟ ਕੇ ਮੈਂ ਕਿਹਾ ਲੱਗ ਜੂ ਨਾਲ ਨਾਲ ਟਿੱਡੇ ਜਿਹਾ ਕੇ ਤੁਰ ਪਿੰਦੇ ਹੁੰਦੇ ਇਹ ਸਾਨੂੰ ਕੰਮ ਕਹਿਣ ਲੱਗ ਪਿਆ ਫਿਰ ਕੀ ਜੀ ਹੁਣ ਉਥੇ ਕਿਉਂ ਲਾ ਪਿਆ ਹੁਣ ਉਥੇ ਉਹ ਕ੍ਰਿਕਟ ਖੇਡਣ ਨੂੰ ਮੁੰਡੇ ਨੇ ਕ੍ਰਿਕਟ ਖੇਡਣ ਕ੍ਰਿਕਟ ਦੀਆਂ ਵੱਜਣ ਲੱਗ ਪਈਆਂ ਨੇ ਗੇਂਦਾਂ ਕ੍ਰਿਕਟ ਦੀਆਂ ਗੇਂਦਾਂ ਵੱਜਣ ਲੱਗ ਗਈਆਂ ਮੇਰੇ ਇੱਕ ਦਿਨ ਦਾਦੇ ਦੇ ਵੀ ਸਿਰ 'ਚ ਵੱਜੀ ਗੇਂਦ ਵੱਜੀ ਦਾਦਾ ਜੀ ਆਏ ਮੇਰੇ ਕੋ ਘਰੇ ਮੇਰੇ ਸਿਰ ਚ ਕੀਂਦ ਵੱਜੀ ਅੱਜ ਮੈਂ ਆ ਗਿਆ ਵੀ ਪਾਪਾ ਜੀ ਵੀ ਇੱਕ ਟਾਈਮ ਹੀ ਉਹ ਹੈ ਨਾ ਵੀ ਉੱਥੇ ਸੂਈਆਂ ਵੱਜਦੀਆਂ ਸੀ ਅੱਜ ਕੀਂਦਾਂ ਵੱਜਣ ਡੀਆਂ ਮੈਂ ਮਮ ਤੁਹੀਂ ਮਾਰਿਆ ਰঞ্জੀਤ ਸਿੰਘ ਨੂੰ ਬਣੋ ਵੀ ਉਹਨਾਂ ਦੇ ਵੱਟੇ ਵੱਜੇ ਸੀ ਤੇ ਉਹਨਾਂ ਨੇ ਮੈਂ ਵੀ ਉਹਨਾਂ ਨੂੰ ਬੱਚਿਆਂ ਨੂੰ ਕਾਫੀ ਮਤਲਬ ਪਹਾੜ ਦੇਖ ਜਿਹੜੇ ਹੁੰਦੇ ਗਿਫਟ ਵਗੈਰਾ ਦੇ ਕੇ ਤੇ ਤੋਰਿਆ ਇਹ ਨੇ ਮੇਰੇ ਕੋ ਨਹੀਂ ਆ ਕੰਮ ਕੋ ਮੁੰਦਾ ਮੈਂ ਠੀਕ ਆ ਫਿਰ ਆ ਕੇ ਕਹਿੰਦੇ ਵੀ ਹੁਣ ਬੱਚਿਆਂ ਦਾ ਇਥੋਂ ক্রিকেট ਖੇਡਣਾ ਬੰਦ ਕਰ ਦੋ ਮੈਂ ਇਨਾਂ ਨੂੰ ਤੇ ਕੰਮ ਲਿਆ ਸਾਰ। ਇਹਨਾਂ ਨੇ ਘਾ ਲਾਇਆ, ਇਹ ਇਹਨਾਂ ਨੇ ਸਾਰਾ ਇੱਥੇ ਪਾਣੀ ਲਾਇਆ। ਇਹਨਾਂ ਨੂੰ ਕੋਣ ਕਿਦਾਂ ਮਨਾ ਕਰਦੀਏ? ਮੈਂ ਨਹੀਂ ਇਹ ਨਹੀਂ ਕੰਮ ਹੋਣਾ। ਆਪਾਂ ਫਿਰ ਮੁੰਡਿਆਂ ਨਾਲ ਮੀਟਿੰਗ ਕੀਤੀ ਸਾਰੇ ਬੱਚਿਆਂ ਨਾਲ ਮੈਂ ਕੀ ਕੀਤਾ ਜਾਏ। ਉਹਨਾਂ ਨੇ ਮੈਨੂੰ ਸ਼ਿਕਾਇਤ ਲਾਈ ਕਿ ਭਾਜੀ ਇਹ ਨਾ ਜਿੰਨੇ ਇੱਥੇ ਬਾਪੂ-ਪੂਪੂ ਕੀ ਕਰਦੇ ਸਾਡੀਆਂ ਗੇਂਦਾਂ ਚੁੱਕ ਕੇ ਲੈ ਜਾਂਦੇ ਨੇ। ਨਹੀਂ ਗੱਲ ਤੇ ਮਾੜੀ ਆ ਵੀ ਆਪਾਂ ਗੇਂਦ ਲੈਣੀ ਹੁੰਦੀ ਆ ਬੱਚਿਆਂ ਨੇ ਤੇ ਫਿਰ ਇਹ ਚੁੱਕ ਕੇ ਲੈ ਜਾਂਦੇ ਨੇ। ਆਪਾਂ ਕੀ ਕੀਤਾ ਵੀ ਉੱਥੇ ਨਾ ਪੋਲਾਂ ਜੋਗੇ ਪੈਸੇ ਨਹੀਂ ਆਖੇ ਡੋ ਆਪਾਂ ਬਾਂਸ ਗੱਡ ਲੇ ਵੀ ਇੱਥੇ ਨੈਟ ਲਾ ਦਿੰਨੇ ਆ ਨੈਟ ਲਾ ਲੇ ਵੀ ਜਿੱਥੇ ਨੈਟ ਲਾਏ ਹੁਣ ਜਿੰਨੇ ਉਹ ਬਜ਼ੁਰਗ ਜਿਹੜੇ ਹੀ ਉਹ ਹੁਣ ਨੈਟ ਲਾ ਕੇ ਨਾ ਬਹਿਣ ਦੂਜੇ ਪਾਸੇ ਬਹਿਣ ਮੈਂ ਉਹਨਾਂ ਕੋਲ ਬੇਨਤੀ ਕੀਤੀ ਮੈਂ ਜੀ ਹੁਣ ਨੈਟ ਤੁਹਾਨੂੰ ਸਿਕਿਉਰ ਕੀਤਾ ਵਾ ਵੀ ਬੁੱਢੇ ਬਚਾਓ ਤੇ ਬੱਚੇ ਖੜਾਓ ਆਪ ਹੰਮੇ ਹਮ ਚਲਾਉਂਦੇ ਆ ਤੇ ਤੁਸੀਂ ਹੁਣ ਉੱਥੇ ਬੈਠੋ ਉਹ ਕਹਿਣ ਵੀ ਇੱਥੇ ਨਾ ਘੇਟੋ ਉਹ ਸਟੇਡੀਅਮ ਆ ਬੜੀ ਦੂਰ ਉੱਥੇ ਜਾਣਗੇ ਉੱਥੇ ਜਾ ਕੇ ਖੇਡਣ ਮੈਂ ਇਹ ਕਿਹੜੀ ਗੱਲ ਹੈ ਜਦੋਂ ਬਣਾਇਆ ਆਪਾਂ ਅਹੀਂ ਕਿਉਂ ਨਾ ਬਈ ਇਹ ਇੱਥੇ ਅਹੀਂ ਕਿਉਂ ਨਾ ਇੱਥੇ ਖੇਡੀਏ ਫਿਰ ਕੀ ਉਹਨਾਂ ਨੂੰ ਨੈਟ ਲਾਇਆ ਉਹਨਾਂ ਨੂੰ ਕਹਿੰਦਾ ਵੀ ਇੱਥੇ ਬੈਠੋ ਤੇ ਹੀ ਉਹ ਉੱਥੇ ਨਾ ਬਹਿਣ ਦੂਜੇ ਪਾਸੇ ਜਾਣ ਵੀ ਸਾਡੇ ਫਿਰ ਗੇਂਦ ਵੱਜੇ ਤੇ ਆਪਾਂ ਫਿਰ ਇੱਕ ਵਿਵਾਦ ਖੜਾ ਕਰੀਏ ਵੀ ਨਿਆਣਿਆਂ ਨਾਲ ਕਿੰਨਾ ਨਾ ਨਿਆਣੇ ਉਹ ਛੋਟੇ ਛੋਟੇ ਨਿਆਣੇ ਨਾਲ ਤੇ ਜਿਨ੍ਹਾਂ ਦਾ ਮੱਥਾ ਲਾਉਣਾ ਸੀ ਜਿਹੜੇ ਉਹਨਾਂ ਨਾਲ ਆ ਰਹੇ ਟੀਕੇ ਲਾ ਰਹੇ ਉਹਨਾਂ ਨਾਲ ਕੋਈ ਨਹੀਂ ਮੱਥਾ ਲਾ ਰਿਹਾ ਉਹਨਾਂ ਨੂੰ ਕੋਈ ਕੁਝ ਨਹੀਂ ਕਹਿ ਰਿਆ ਆਪਸੀ ਮੂੰਹ ਚ ਕੁਸਰਮੁਸਰ ਕਰੀ ਜਾ ਰਹੇ ਅਹੀਂ ਸਗੋਂ ਉਹਨਾਂ ਨੂੰ ਨਹੀਂ ਕੁਝ ਵੀ ਕਿਹਾ ਜਿਹੜੇ ਨਸ਼ੇ ਕਰਨਦੇ ਵੀ ਜਾਂ ਆਪਾਂ ਹਾਨੂੰ ਉਹਨਾਂ ਨਾਲ ਕੋਈ ਨਹੀਂ ਹੈਗਾ ਕਰਨ ਨਾ ਕਰਨ ਨਹੀਂ ਸਾਨੂੰ ਮਤਲਬ ਸਾਨੂੰ ਇਹ ਕਿ ਸਾਡੀ ਜਗ੍ਹਾ ਉੱਥੇ ਜਿੱਥੇ ਆਪਾਂ ਖੇਡਦੇ ਆਂ ਜਿੱਥੇ ਕਰਨਾ ਕਰੀ ਜਾਣਾ ਸਾਨੂੰ ਨਹੀਂ ਉਹਨਾਂ ਦਾ ਮਤਲਬ ਸਾਨੂੰ ਇੰਨਾ ਮਤਲਬ ਵੀ ਉੱਥੇ ਉੱਥੇ ਨਾ ਕਰਨ ਵੀ ਜਿਹੜੇ ਉਥੇ ਭੰਗੀ ਆਉਂਦੇ ਹੈ ਭੰਗ ਪੁੱਟ ਮਾਰੀ ਵੀ ਚਲੋ ਭੰਗ ਆ ਲੈਂਦਾ ਵੀ ਕੱਗਿਆ ਕੰਮ ਤੇ ਜਦੋਂ ਮੈਂ ਇਹਨੂੰ ਸਟਾਰਟ ਕੀਤਾ ਬਦਰ ਮੱਥਾ ਲਾਇਆ ਉਹ ਚੀਜ਼ ਨਾਲ ਤੇ ਮੇਰੇ ਦਾਦਾ ਜੀ ਨੇ ਮੈਨੂੰ ਕਹਿਆ ਹਤਾ ਕਿਨੂੰ ਤੂੰ ਕਿੱਧਰ ਮੱਥਾ ਲਾ ਕੇ ਬਹਿ ਗਿਆ ਹੋਏ ਵੀ ਲੋਕਾਂ ਨੇ ਇੱਥੇ ਗੰਦ ਪਾ ਜਾਣਾ ਮੈਂ ਤੁਸੀਂ ਮੈਂਬਰ ਪੰਚਾਇਤ ਹੋ ਤੁਸੀਂ ਮੈਂ ਕਹਾਂ ਕਿ ਲੋਕਾਂ ਦੇ ਘਰਾਂ ਨੂੰ ਫਲਸ਼ ਹਮਣਾ ਦੋ ਉਹਨਾਂ ਦੇ ਕੂੜੇ ਵਾਲੇ ਵਧੀਆ ਲਾ ਦੋ ਆਪੇ ਗੰਦ ਨਾ ਪਵੇ ਸਹੀ ਗੱਲ ਹੈ ਵੀ ਜਦੋਂ ਤੁਸੀਂ ਕੰਮ ਕਰਨਾ ਇਹ ਮੈਂ ਕੰਮ ਕਰਦਾ ਪਿਆ ਵਾ ਵੀ ਜਿਹੜਾ ਮੈਂ ਕੁਝ ਵੀ ਨਹੀਂ ਉਹਦੇ ਵਿੱਚ ਤੇ ਹੁਣ ਮੇਰੇ ਦਾਦਾ ਜੀ ਨੇ ਹੁਣ ਹੁਣ ਵੇਖਿਆ ਮੈਨੂੰ ਵੀ ਯਾਰ ਇਹਨੇ ਤੇ ਆ ਚੀਜ਼ ਬਣਾਤੀ ਹੈ ਉਹਨਾਂ ਨੇ ਆਪਣਾ ਇੱਕ ਸਟੇਡੀਅਮ ਚੂਜ਼ ਕੀਤਾ ਹੈ ਜਿਦੇ ਵਿੱਚ ਆਪ ਉਹ ਸੇਵਾ ਕਰਦੇ ਨੇ ਆਪ ਹੱਥੀ ਕੰਮ ਕਰਦੇ ਨੇ ਤੇ ਉਹ ਤੋਂ ਡੇਲੀ ਕਰਦੇ ਨੇ ਮੈਂ ਤਾਂ ਚਲੋ ਇੱਥੋਂ ਚੰਡੀਗੜ੍ਹੋਂ ਜਾ ਕੇ ਕਰਨਾ ਹੁੰਦਾ ਕੰਮ ਉਹ ਡੇਲੀ ਕਰ ਰਹੇ ਨੇ ਪਰ ਮੈਨੂੰ ਇਹ ਚੀਜ਼ ਦੀ ਖੁਸ਼ੀ ਆ ਹੁਣ ਵੀ ਚਲੋ ਉਹ ਵੀ ਕੰਮ ਕਰ ਰਹੇ ਨੇ ਉਹਨਾਂ ਦਾ ਆਪਣਾ ਵੱਖਰਾ ਹੈ ਮਤਲਬ ਇਹ ਏਰੀਆ ਚੂਜ਼ ਕੀਤਾ ਵਾ ਉੱਥੇ ਕੰਮ ਕਰਦੇ ਪਏ ਨੇ ਤੇ ਅੱਜ ਉਹ ਜਿਹੜੀ ਚੀਜ਼ ਬਣਾ ਦਿੱਤੀ ਆ ਉਹ ਲੋਕੀ ਮਿਸਾਲ ਦਿੰਦੇ ਨੇ ਵੀ ਯਾਰ ਉਹ ਵੇਖੋ ਨੇ ਤਿਆਰਤ ਕੀਤੀ ਹੈ ਨਾ ਉਹ ਵੇਖੋ ਉਹਦੇ ਆ ਉਹ ਆਪਣੇ ਬੱਚੇ ਲੈ ਕੇ ਆਉਂਦੇ ਨੇ ਮੈਨੂੰ ਮਲਾਉਣ ਵਾਸਤੇ ਵੀ ਆ ਇਹਨੂੰ ਮਿਲੋ ਤੇ ਬੱਚੇ ਵੀ ਮੈਨੂੰ ਜਾਣਦੇ ਨੇ ਪੂਰੇ ਪਿੰਡ ਦੇ ਵਿੱਚ ਪੰਪ ਭਾਜੀ ਕੌਣ ਨੇ ਤੇ ਪੰਪ ਭਾਜੀ ਆਹ ਕੰਮ ਕਰੰਦੇ ਨੇ ਪੰਪ ਭਾਈ ਨੇ ਆਹ ਕੰਮ ਕੀਤਾ ਹੈ ਕਈ ਪਿੰਡਾਂ ਦੇ ਸਰਪੰਚ ਆਉਂਦੇ ਨੇ ਉਹ ਮੈਨੂੰ ਕਈ ਫੋਨ ਕਰਦੇ ਨੇ ਵੀ ਆਹ ਚੀਜ਼ ਸਾਡੇ ਆਹ ਪ੍ਰੋਬਲਮ ਆਈ ਹੈ ਯਾਰ ਇਹਨੂੰ ਕਰੋ ਸੋਲਵ ਕਰੋ ਕਿਸ ਤਰੀਕੇ ਨਾਲ ਵੀ ਆਹ ਸਾਨੂੰ ਮੁਸ਼ਕਲ ਆ ਰਹੀ ਹੈ ਕਈ ਪਿੰਡਾਂ ਦੇ ਸਰਪੰਚਾਂ ਦਾ ਇਦਾਂ ਦਾ ਹੁੰਦਾ ਵਾ ਵੀ ਉਹਨਾਂ ਨੇ ਫੋਨ ਕਰਕੇ ਪੁੱਛਣਾ ਜੇ ਪੈਸੇ ਸਾਡੇ ਕੋਲ ਇੰਨੇ ਨੇ ਤੇ ਆਪਾਂ ਆਹ ਕੰਮ ਕਰਨਾ ਵਾ ਵੀ ਕੋਈ ਡੈਕੋਰੇਸ਼ਨ ਦਾ ਕਰਨਾ ਵਾ ਉਹਨੂੰ ਆਹ ਚੀਜ਼ ਬਣਾਉਣੀ ਆ ਫਿਰ ਉਹਨਾਂ ਨੂੰ ਦਈ ਦੇ ਸਲਾਹ ਵੀ ਤੁਸੀਂ ਇਸ ਹਾਵ ਨਾਲ ਕੰਮ ਕਰ ਲਓ ਵੀ ਇਹ ਤੁਹਾਡੇ ਫਾਇਦੇਮੰਦ ਆ ਵੀ ਜੇ ਉੱਥੋਂ ਦੇ ਬੰਦੇ ਤੁਸੀਂ ਚੂਜ਼ ਕਰ ਲਓ ਆਪਣੇ ਏਰੀਏ ਦੇ ਕਿਉਂਕਿ ਪਿੰਡ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਬੰਦਾ ਹੁੰਦਾ ਕੋਈ ਕਰਾਫਟ ਵਾਲਾ ਬੰਦਾ ਵੀ ਹੁੰਦਾ ਕੋਈ ਵੈਲਡਿੰਗ ਵਾਲਾ ਬੰਦਾ ਵੀ ਹੁੰਦਾ ਕੋਈ ਕਾਰਪੈਂਟਰ ਵੀ ਹੁੰਦਾ ਆਪਾਂ ਉਹਨਾਂ ਤੋਂ ਕੰਮ ਲੈ ਸਕਦੇ ਹਾਂ ਉਹਨਾਂ ਨੂੰ ਕੰਮ ਲੈ ਕੇ ਆਪਾਂ ਚੀਜ਼ਾਂ ਬਣਾਈਆਂ ਤੇ ਬਹੁਤ ਖੁਸ਼ੀ ਹੁੰਦੀ ਆ ਅੱਜ ਜਿਹੜੀ ਇਹ ਸਟੋਰੀ ਜਿਹੜੀ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਪਿਆ ਤੁਸੀਂ ਬਣ ਸਕਦੇ ਹੋ ਤੇ ਮੁਹਾਰ ਘਰ ਦੇ ਵਿੱਚ ਹੋਊਗਾ ਪੰਪ ਪੰਪ ਭਾਈ ਜਿਹੜੇ ਜੇ ਤੁਸੀਂ ਵੀ ਬੰਦੇ ਇਦਾਂ ਦੇ ਕੰਮ ਕਰਦੇ ਹੋ ਤੇ ਤੁਹਾਡਾ ਵੀ ਨਾਮ ਹੋਊਗਾ ਥੈਂਕ ਯੂ ਇਸ ਵੀਡੀਓ ਬਾਰੇ ਆਪਣੀ رائے ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ